ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਵੇਖਿਓ ਜਰੂਰ ਸਾਰੀ ਕਿਉਂਕਿ ਸਭ ਤੋਂ ਪਹਿਲਾਂ ਤੇ ਆ ਪਿਛੇ ਹਾਲਾਤ ਵੇਖ ਲੋ ਇਹ ਪਿੰਡ ਮੱਲੀਆਂ ਜਿਹੜਾ ਅੰਮ੍ਰਿਤਸਰ ਦੇ ਹਾਲਾਤ ਆ ਔਰ ਜਿਹੜੀ ਸਾਡੀ ਗਲੀ ਆ ਜਿਹੜੇ ਪਿੰਡ ਮੱਲੀਆਂ ਦੇ ਰਹਿਣ ਵਾਲੇ ਉਹ ਸਾਰੇ ਜਾਣਦੇ ਹੋਣੇ ਆ ਇਹ ਅਗਲੇ ਪਾਸੇ ਗੰਦਾ ਨਾਲਾ ਪੈਂਦਾ ਵਾ ਸਾਡੇ 4 ਘਰ ਆ ਔਰ ਚੌਥੇ ਘਰਾਂ ਤੋਂ ਵਿੱਚੋਂ ਜਿਹੜਾ ਆਖਰੀ ਘਰ ਆ ਉਹਨਾਂ ਦਾ ਘਰ ਨੀਵਾ ਆ ਉਹਨਾਂ ਦਾ ਘਰ ਨੀਵਾ ਹੋਣ ਦੀ ਸਜ਼ਾ ਮਿਲ ਰਹੀ ਆ ਸਾਨੂੰ ਆ ਜਿਹੜੇ ਖੜੇ ਆ ਤਿੰਨ ਘਰ ਸਾਡੇ ਆ ਬੇਸ਼ੱਕ ਸਾਡੇ ਘਰ ਉੱਚੇ ਆ ਪਰ ਸਾਨੂੰ ਹਮ ਧਰਤੀ ਆ ਵੀ ਕਿਸੇ ਦਾ ਘਰ ਨੀਵਾ ਕਿਉਂ ਆ ਉਹ ਜਿਨ੍ਹਾਂ ਦਾ ਘਰ ਨੀਵਾ ਆ ਉਹ ਵੀ ਸਾਡੇ ਪਰਿਵਾਰ ਦੇ ਵਿੱਚੋਂ ਆ ਪਰ ਉਹਨਾਂ ਨੇ ਅੱਜ ਲਗਭਗ 1 ਮਹੀਨਾ ਹੋ ਚੱਲਿਆ ਵਾ ਸਾਡੇ ਤਿੰਨਾ ਘਰਾਂ ਦਾ ਜਿਹੜਾ ਪਾਣੀ ਆ ਤੁਸੀਂ ਪਿੱਛੇ ਵੇਖੋ ਵੀ ਇਹ ਬੰਦ ਕੀਤਾ ਹੋਇਆ ਵਾ ਬੰਦ ਕਰਨ ਦਾ ਕਾਰਨ ਕੀ ਆ ਉਹ ਕਹਿੰਦੇ ਵੀ ਸਾਡੇ ਘਰ ਦੇ ਵਿੱਚ ਪਾਣੀ ਆਉਂਦਾ ਆ ਜਦੋਂ ਮੀਂਹ ਪੈਂਦੇ ਆ ਜਾਂ ਪਿਛੋਂ ਤੁਸੀਂ ਨਹਾਉਨੇ ਆ ਜਾਂ ਗੱਡੀਆਂ ਧੋਣੇ ਆ ਜਾਂ ਤੁਹਾਡੇ ਬੱਚੇ ਨਹਾਉਂਦੇ ਆ ਹੁਣ ਮੈਂ ਮੇਰਾ ਸਵਾਲ ਇਹ ਕਿ ਹੈ ਵੀ ਹੁਣ ਆਪਾਂ ਬੱਚੇ ਨਹਾਉਣੇ ਆ ਜਾਂ ਅਸੀਂ ਨਹਾਉਣਾ ਬੰਦ ਕਿਦਾਂ ਕਰ ਦੇਈਏ ਜੀ ਜੇ ਉਹਨਾਂ ਦੇ ਘਰ ਪਾਣੀ ਵੜਦਾ ਸਾਡੀ ਕੋਈ ਗਲਤੀ ਦੱਸੇ ਵੀ ਸਾਡੀ ਗਲਤੀ ਕੀ ਆ ਅਸੀਂ ਆਪਣੀ ਫਰਿਆਦ ਤਿੰਨੋਂ ਘਰ ਪਿੰਡ ਦੇ ਸਰਪੰਚ ਸਰਦਾਰ ਰਗਵੀਰ ਸਿੰਘ ਦੇ ਕੋਲ ਲੈ ਕੇ ਗਏ ਆ ਸਰਦਾਰ ਰਗਵੀਰ ਸਿੰਘ ਨੂੰ ਅਸੀਂ ਬੇਨਤੀ ਕੀਤੀ ਕਿ ਸਰਪੰਚ ਸਾਹਿਬ ਸਵੇਰੇ 9 ਵਜੇ ਤੁਸੀਂ ਆਓ ਆ ਕੇ ਮੌਕਾ ਵੇਖੋ ਤੁਹਾਨੂੰ ਪਤਾ ਵੀ ਅੱਜ ਕੱਲ ਮਹਿੰਗਾਈ ਦੇ ਯੁੱਗ ਦੇ ਵਿੱਚ ਹਰ ਕੋਈ ਬੰਦਾ ਆਪੋ ਆਪਣੀ ਕਿਰਤ ਵਿਰਤ ਕਰਦਾ ਅਸੀਂ ਵੀ ਆਪਣੇ ਕਮਾਤਾਂ ਦੇ ਆਉਣ ਦੇ ਬਾਅਦ ਵਿੱਚ ਜਾਣਾ ਹੁੰਦਾ ਸਰਪੰਚ ਸਾਹਿਬ ਜਿਨ੍ਹਾਂ ਨੇ ਸਾਡਾ ਪਾਣੀ ਬੰਦ ਕੀਤਾ ਵਾ ਉਹਨਾਂ ਦੇ ਘਰ ਆਏ ਅਸੀਂ ਉਹਨਾਂ ਨੂੰ ਕਹਿ ਕੇ ਆਏ ਆ ਅਸੀਂ ਉਹਨਾਂ ਨੂੰ ਸੱਦਾ ਦੇ ਕੇ ਆਏ ਆ ਸਾਡੇ ਘਰ ਨਹੀਂ ਆਏ ਸਰਪੰਚ ਸਾਹਿਬ ਹੋਰ ਕੁਝ ਮੋਤਮਰ ਬੰਦੇ ਸੀ ਉਹ ਉਹਨਾਂ ਦੇ ਘਰ ਆਏ ਜਦੋਂ ਲਗਭਗ 11 ਵਜੇ ਇਹ ਇਹ ਆਪਣੇ ਭਾਈ ਸਾਹਿਬ ਔਰ ਇਹ ਵੀਰ ਜੀ ਇਹ 10 ਵਜੇ ਲਗਭਗ ਆਪਣੇ ਕੰਮਾਂ ਤੇ ਗਏ ਆ ਮੈਂ ਘਰੋਂ 7 ਵਜੇ ਨਿਕਲ ਗਿਆ ਮੇਰੇ ਪਿਤਾ ਜੀ ਸਰਦਾਰ ਸੁਖਵੰਤ ਸਿੰਘ ਉਹ ਘਰ ਸੀ ਜਦੋਂ ਥੋੜੀ ਦੇਰ ਬਾਅਦ ਜਦੋਂ ਆਪਣਾ ਲਗਭਗ 10:30 11 ਵਜੇ ਦੇ ਕਰੀਬ-ਕਰੀਬ ਸਾਰੇ ਬੰਦੇ ਇੱਥੇ ਗਲੀ ਦੇ ਵਿੱਚ ਸਰਪੰਚ ਸਾਹਿਬ ਦੇ ਸਮੇਤ ਆਏ ਆ ਤੇ ਸਰਪੰਚ ਸਾਹਿਬ ਨੇ ਆ ਕੇ ਕਿ ਇੱਥੇ ਜਦੋਂ ਵਾਪਸ ਚਲੇ ਆ ਤੇ ਮੇਰੇ ਪਿਤਾ ਜੀ ਜਦੋਂ ਘਰ ਤੋਂ ਬਾਹਰ ਨਿਕਲੇ ਤਾਂ ਉਹਨਾਂ ਆਵਾਜ਼ ਮਾਰ ਕੇ ਕਿਹਾ ਕਿ ਸਰਪੰਚ ਸਾਹਿਬ ਇਹ ਰਾਹ ਕਦੋਂ ਖੁੱਲੂਗਾ ਤੇ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਨ੍ਹਾਂ ਨੇ ਰਾਹ ਬੰਦ ਕੀਤਾ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਮੰਦੇ ਸ਼ਬਦ ਬੋਲੇ ਜਦੋਂ ਪੰਚਾਇਤ ਦੁਬਾਰਾ ਬੈਠੂਗੀ ਤੇ ਉਹਨਾਂ ਨੂੰ ਮੈਂ ਦੱਸੂਗਾ ਕਿ ਮੰਦੇ ਸ਼ਬਦ ਬੋਲੇ ਕਿਹੜੇ ਆ ਸੋ ਬੇਨਤੀ ਇਹੋਈ ਆ ਵੀ ਅਸੀਂ ਨਹੀਂ ਚਾਹੁੰਦੇ ਕਿਸੇ ਦੇ ਘਰ ਦੇ ਵਿੱਚ ਪਾਣੀ ਵੜੇ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਸਾਡੇ ਘਰਾਂ ਦਾ ਪਾਣੀ ਆ ਉਹ ਇੱਥੋਂ ਨਿਕਲਣਾ ਚਾਹੀਦਾ ਵਾ ਇਹ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਆ ਮੈਂ ਤੇ ਇਹੋ ਹੀ ਫਿਰ ਕਹੂੰਗਾ ਅੰਤ ਦੇ ਵਿੱਚ ਕਿਉਂਕਿ ਅਸੀਂ ਕਾਂਗਰਸ ਪਾਰਟੀ ਨੂੰ ਬੁਲਾਉਂਗੂ ਨਹੀਂ ਕਰਦੇ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਸਾਡੇ ਨਾਲ ਧੱਕਾ ਹੋ ਰਿਹਾ ਸਰਪੰਚ ਸਾਹਿਬ ਦਾ ਪਹਿਲੇ ਦਿਨ ਤੋਂ ਫਰਜ਼ ਬਣਦਾ ਸੀ ਕਿ ਉਹ ਇੱਥੇ ਆਉਂਦੇ ਔਰ ਇਹਨੂੰ ਕੋਈ ਨਾ ਕੋਈ ਸਾਡਾ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਦੇ ਘਰ ਦੇ ਵਿੱਚ ਪਾਣੀ ਜਾਵੇ ਅਸੀਂ ਕਹਿੰਨੇ ਆਂ ਕਿ ਸਰਪੰਚ ਸਾਹਿਬ ਇੱਕ ਜ਼ਿੰਮੇਵਾਰ ਵਿਅਕਤੀ ਆ ਪਿੰਡ ਦੇ ਜਾਂ ਬਾਕੀ ਮੋਹਤਵਾਰ ਵਿਅਕਤੀ ਆ ਸਰਪੰਚ ਸਾਹਿਬ ਉਹਨਾਂ ਨੂੰ ਜੇ ਲੈ ਕੇ ਆਏ ਸੀ ਉਹ ਬੈਠ ਕੇ ਸਾਡੇ ਘਰ ਦੇ ਵਿੱਚ ਵੀ ਆਉਂਦੇ ਮੇਰੇ ਪਿਤਾ ਜੀ ਘਰ ਦੇ ਵਿੱਚ ਹੀ ਬਾਕੀ ਵੀਰ ਵੀ ਉੱਥੇ 10:30 ਵਜੇ ਇੱਥੇ ਨੇੜੇ-ਤੇੜੇ ਹੀ ਉਹ ਵੀ ਕਿਤੇ ਆ ਜਾਂਦੇ ਤੇ ਸਾਨੂੰ ਸਰਪੰਚ ਸਾਹਿਬ ਨੇ ਬਲੇਮ ਇਹ ਦਿੱਤਾ ਅਹੀਂ ਗਏ ਆ ਉਹੀ ਘਰ ਨਹੀਂ ਹੈਗੇ ਤੇ ਮੈਂ ਸਰਪੰਚ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਸਰਪੰਚ ਸਾਹਿਬ ਤੁਸੀਂ ਦੱਸੋ ਵੀ ਹੁਣ ਅਸੀਂ ਆਪਣਾ ਕੰਮ ਕਿੱਦਾਂ ਛੱਡੀਏ ਜੇ ਤੁਸੀਂ ਉਹਨਾਂ ਦੇ ਘਰ ਆਉਣਾ ਸੀ ਸਾਨੂੰ ਫੋਨ ਕਰ ਦਿੰਦੇ ਅਸੀਂ ਵੀ ਉਹਨਾਂ ਦੇ ਘਰ ਆ ਜਾਂਦੇ ਸਾਡੇ ਦੁਸ਼ਮਣ ਥੋੜੀ ਪਰ ਹੁਣ ਮੈਂ ਥੋੜਾ ਜਿਹਾ ਦੱਸੂਗਾ ਵੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਵਾ ਪਾਣੀ ਖੜਨ ਦਾ ਕਰਕੇ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਦੇ ਘਰ ਦੇ ਵਿੱਚ ਪਾਣੀ ਜਾਵੇ ਅਸੀਂ ਇਹ ਚਾਹੋਣੇ ਆ ਵੀ ਸਾਡੀ ਜਿਹੜੀ ਮੁਸ਼ਕਲ ਆ ਪਾਣੀ ਜਿਹੜਾ ਸਾਡਾ ਖੜਿਆ ਵਾ ਗਲੀ ਦੇ ਵਿੱਚ ਉਹਦਾ ਹੱਲ ਕੀਤਾ ਜਾਵੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਵਾ ਉਹ ਮੈਂ ਹੁਣ ਥੋੜੀਆਂ ਥੋੜੀਆਂ ਜਿਹੜੇ ਬਾਕੀ ਵੀ ਘਰ ਆ ਉਹ ਦੱਸਣਗੇ ਹਾਂਜੀ ਗੁਰਦੇਸ਼ ਸਿੰਘ ਜੀ ਤੁਹਾਨੂੰ ਕਿਹੜੀ ਮੁਸ਼ਕਲ ਆਉਣ ਦੀ ਹੈ ਬਹੁਤ ਗੰਦੀ ਸਮੈਲ ਆਉਣ ਦੀ ਹੈ ਬੱਚੇ ਲੱਗੇ ਨਹੀਂ ਖਲੋ ਸਕਦੇ ਕਿਤੇ ਵੀ ਗਲੀ ਦੇ ਵਿੱਚ ਬੱਚੇ ਖੇਡਦੇ ਆ ਜੀ ਉਹਕੇ ਦੇ ਪਾਣੀ ਦੇ ਲਾਗੇ ਨਹੀਂ ਖਲੋ ਸਕਦੇ ਇੰਨੀ ਨਹੀਂ ਗੰਦੀ ਬੋਹ ਹੁੰਦੀ ਆ ਸਰਕਾਰ ਨੂੰ ਚਾਹੀਦਾ ਵੀ ਇਹ ਬਰਸਾਤਾਂ ਦਾ ਮੌਸਮ ਹੀ ਇਹ ਪਾਣੀ ਦਾ ਜਿਹੜਾ ਪਿਛੋਂ ਆਉਂਦਾ ਪਾਣੀ ਉਹਦਾ ਨਾਲਾ ਸਾਫ਼ ਕਰਾਉਂਦੇ ਇਹਨਾਂ ਕੁਝ ਨਹੀਂ ਕੀਤਾ ਜੀ ਇਹ ਸਿਰਫ ਆਪਣੀਆਂ ਰੋਟੀਆਂ ਸੇਕਣ ਦੇ ਹੀ ਆ ਜਦੋਂ ਆਪਾਂ ਸਰਪੰਚ ਸਾਹਿਬ ਵੱਲ ਗਏ ਆ ਤੁਸੀਂ ਵੀ ਮੇਰੇ ਨਾਲ ਗਏ ਹੋ ਗਰਮੇਲ ਭਾਜੀ ਉਹਦੋਂ ਨਾਲ ਗਏ ਸੀ ਤੇ ਆਪਾਂ ਸਰਪੰਚ ਸਾਹਿਬ ਨੂੰ ਇਹੋ ਕਹੇ ਨਾ ਵੀ ਸਵੇਰੇ 9 ਵਜੇ ਤੁਸੀਂ ਇੱਥੇ ਦਰਸ਼ਨ ਦਿਓ ਅਸੀਂ 9 ਵਜੇ ਦਾ ਟਾਈਮ ਦਿੱਤਾ ਸੀ ਅਸੀਂ ਪਰਿਵਾਰ ਵਾਲੇ ਆ ਬੱਚਿਆਂ ਵਾਲੇ ਆ ਅਸੀਂ ਵੀ ਰੋਜੀ ਰੋਟੀ ਕਮਾਉਣੀ ਹੁੰਦੀ ਆ ਅਸੀਂ ਗੱਡੀ ਲੈ ਕੇ ਚੱਲੇ ਗਏ 10 10:30 ਵਜੇ ਮੈਂ ਇਥੋਂ ਘਰੋਂ ਗਿਆ ਵਾਂ ਇਹ 10:30 ਵਜੇ ਤੋਂ ਬਾਅਦ ਪੰਚਾਇਤ ਆਈ ਹੈ ਤੇ ਉਹਦੇ ਵਿੱਚ ਅਸੀਂ ਫੇਰ ਗੱਡੀ ਲੈ ਕੇ ਚਲੇ ਗਏ ਇਹਨਾਂ ਨੂੰ ਵੇਟ ਕਰਕੇ ਚਲੇ ਗਏ ਮੁੜ ਕੇ ਸਾਡੇ ਚਾਚਾ ਜੀ ਜੀ ਸੁਖਵੰਤ ਸਿੰਘ ਉਹ ਘਰ ਸੀ ਜੀ ਉਹਨਾਂ ਨੇ ਕੁਦਰਤੀ ਬਾਹਰ ਨਿਕਲੇ ਉਹਨਾਂ ਨੇ ਦੇਖਿਆ ਵੀ ਕੌਣ ਬੰਦੇ ਆਏ ਗਲੀ ਦੇ ਵਿੱਚ ਉਹਨਾਂ ਨੇ ਕੁਦਰਤੀ ਬਾਹਰ ਨਿਕਲੇ ਉਹਨਾਂ ਨੂੰ ਪੁੱਛਿਆ ਵੀ ਸਰਪੰਚ ਸਾਹਿਬ ਸਾਸਤਰੀ ਕਾਲ ਬੁਲਾਈ ਸਾਰਿਆਂ ਨੂੰ ਮੋਹਤਬਰ ਬੰਦੇ ਸਾਰਿਆਂ ਨੂੰ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਕੋਈ ਮੱਤਲ ਸੁਣਵਾਈ ਸੁਣਵਾਈ ਨਹੀਂ ਕੀਤੀ ਕਿਸੇ ਗੱਲ ਦੀ ਵੀ ਉਹਨਾਂ ਕਹਿੰਦੇ ਵੀ ਦੂਜੀ ਮੀਟਿੰਗ ਕਰਾਂਗੇ ਉਹਦੇ ਵਿੱਚ ਬਹਿ ਕੇ ਗੱਲ ਕਰਾਂਗੇ ਕੋਈ ਅਜੇ ਤੱਕ ਇੱਕ ਮਹੀਨਾ ਹੋ ਗਿਆ ਪਾਣੀ ਬੰਦ ਹੋਏ ਨੂੰ ਜੀ ਜੀ ਹਾਂਜੀ ਹਾਂਜੀ ਉਹਦੋਂ ਇਹ ਇਹ ਮੇਰੇ ਮਾਤਾ ਜੀ ਆ ਜੀ ਕਿਉਂਕਿ ਮੈਨੂੰ ਇਹਨਾਂ ਨੇ ਦੱਸਿਆ ਵੀ ਮੇਰੇ ਪਿਤਾ ਜੀ ਨੂੰ ਉਹਦੋਂ ਜਿਹੜੇ ਸ਼ਬਦ ਬੋਲੇ ਆ ਥੋੜਾ ਜਿਹਾ ਮੈਂ ਚਾਹਣਾ ਵਾ ਕਿ ਮੇਰੇ ਮਾਤਾ ਜੀ ਸਾਡਾ ਦਿਲ ਨਹੀਂ ਕਰਦਾ ਕਿਉਂਕਿ ਸਾਡਾ ਆਪਣਾ ਪਰਿਵਾਰ ਆ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਸਾਰੇ ਪਿੰਡ ਨੂੰ ਤਮਾਸ਼ਾ ਵਿਖਾਈਏ ਪਰ ਅਸੀਂ ਬਿਲਕੁਲ ਥੱਕ ਹਾਰ ਗਏ ਆ ਜਦੋਂ ਸਾਡੀ ਕਿਸੇ ਪਾਸੇ ਸਰਪੰਚ ਨੇ ਨਹੀਂ ਸੁਣੀ ਸਰਪੰਚ ਸਾਹਿਬ ਨੇ ਕਿਹਾ ਅਜੇ ਤੁਹਾਡੇ ਘਰ ਦੇ ਵਿੱਚ ਪਾਣੀ ਨਹੀਂ ਵੜਦਾ ਜਦੋਂ ਪਾਣੀ ਵੜੂਗਾ ਉਹਨੂੰ ਵੇਖਾਂਗੇ ਇਹ ਕੋਈ ਸਰਪੰਚ ਸਾਹਿਬ ਕੋਈ ਮੈਨੂੰ ਸਹੀ ਜਵਾਬ ਨਹੀਂ ਲੱਗਾ ਤੁਸੀਂ ਇੱਕ ਬਹੁਤ ਹੀ ਪੜ੍ਹੇ ਲਿਖੇ ਸਿਆਣੇ ਔਰ ਸੂਝਵਾਨ ਇਨਸਾਨ ਹੋ ਮੇਰੇ ਖਿਆਲ ਦੇ ਵਿੱਚ ਇਹ ਸਹੀ ਨਹੀਂ ਐ ਮੈਂ ਆਪਣੇ ਮਾਤਾ ਜੀ ਵੀ ਦੱਸਣਗੇ ਵੀ ਉਸ ਦਿਨ ਕੀ ਬੋਲਿਆ ਗਿਆ ਜੀ ਕੀ ਬੋਲੇ ਸੀ ਜੀ ਉਸ ਦਿਨ ਤੁਹਾਨੂੰ ਇਹ ਟਾਈਮ ਤੋਂ ਜੋ ਇਨਾ ਟਾਈਮ ਦਿੱਤਾ ਸੀ ਤੇ ਸਾਰੇ ਇਨਾ ਆਂਦੀ ਵੇਟ ਕਰਕੇ ਚਲੇ ਗਏ ਇਹ ਇਹ 11:30 ਦੇ ਕਰੀਬ ਇੱਥੇ ਆਏ ਆ ਤੇ ਇਹ ਵੀ ਬਾਹਰ ਇਹਨਾਂ ਦੇ ਡੈਡੀ ਕੁਦਰਤੀ ਬਾਹਰ ਨਿਕਲੇ ਆ ਤੇ ਉਹਨਾਂ ਨੇ ਕਿਹਾ ਸਰਪੰਚ ਨੂੰ ਵੀ ਇਹ ਬੰਨ ਖੁੱਲੂ ਸਰਪੰਚ ਅੱਗੋਂ ਕੁਝ ਨਹੀਂ ਬੋਲਿਆ ਤੇ ਸਾਡਾ ਆਪਣੇ ਪਰਿਵਾਰ ਦੇ ਬੇਟੇ ਨੇ ਵੱਧ ਘੱਟ ਗੱਲਾਂ ਕਹੀਆਂ ਤੇ ਬਾਕੀ ਜੇ ਜੇ ਇੱਥੇ ਸਾਡੇ ਇਹ ਤੇ ਮੁੰਡੇ ਹੁੰਦੇ ਤੇ ਉਸ ਦਿਨ ਕੋਈ ਨਾ ਕੋਈ ਕਪਤ ਹੋ ਜਾਣਾ ਸੀ ਹੁਣ ਇਹ ਪਾਣੀ ਜਿਹੜਾ ਵਾ ਇਹ ਆਪਣਾ ਕਿੰਨੇ ਕ ਦਿਨ ਹੋਗੇ ਤੁਹਾਨੂੰ ਤੇ ਪਤਾ ਹੀ ਕਿੰਨੇ ਦਿਨ ਹੋਗੇ ਉਹ ਈ ਗਿਆ ਮਹੀਨੇ ਨੇ ਲਾਗੇ ਬੰਨੇ ਸੋ ਮਹੀਨਾ ਹੋ ਗਿਆ ਜੀ ਪਾਣੀ ਖੜੇ ਨੂੰ ਇਧਰ ਸਾਡੇ ਵੀਰ ਜੀ ਵੀ ਨਹੀਂ ਖੜੇ ਆ ਭਾਜੀ ਗੁਰਮੇਲ ਸਿੰਘ ਤੇ ਇਹ ਭਾਬੀ ਜੀ ਵੀ ਸਵੇਰੇ ਉੱਠ ਕੇ ਜਿਹੜੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਇਹਨਾਂ ਨੂੰ ਵੀ ਕੁਝ ਮੁਸ਼ਕਲਾਂ ਹੁੰਦੀਆਂ ਹੋਣਗੀਆਂ ਤੇ ਵੀਰ ਜੀ ਵੀ ਕੁਝ ਦੱਸਣਗੇ ਹਾਂ ਜੀ ਵੀਰ ਜੀ ਇਹ ਜਿਹੜਾ ਪਾਣੀ ਆ ਨਾ ਮਹੀਨੇ ਤੋਂ ਵੱਧ ਹੋ ਗਿਆ ਜਿਹੜਾ ਖਲੋਤਾ ਆ ਹਾਂ ਜੀ ਇਧਰੋਂ ਰਸਤਾ ਸਾਡਾ ਬੰਦ ਹੋਇਆ ਪਿਆ ਜੀ ਪਾਣੀ ਦੇ ਕਰਕੇ ਆਹ ਪਾਣੀ ਦੇਖੋ ਇਦੇ ਵਿੱਚ ਉਹਦੇ ਬੱਚਾ ਨਹੀਂ ਨਿਕਲ ਸਕਦਾ ਕੋਈ ਬੁੱਢੀ ਨਹੀਂ ਨਿਕਲ ਸਕਦੀ ਹਾਂਜੀ ਇੱਥੋਂ ਤੱਕ ਪਾਣੀ ਆ ਜਾਂਦਾ ਜਦ ਮੀਂਹ ਪੈਂਦਾ ਅਸੀਂ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ ਜੀ 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 ਇਹ ਸਰਪੰਚ ਸਾਹਿਬ ਆਪਦਾ ਪੜੇ ਲਿਖੇ ਆ ਬਹੁਤ ਸੂਝਵਾਨ ਆ ਹਮਮ ਪਰ ਅਸੀਂ ਉਹਨਾਂ ਨੂੰ ਸਰਬਸੰਮਤੀ ਨਾਲ ਚੁਣਿਆ ਆ ਪਰ ਉਹ ਐਡੇ ਕਾਬਿਲ ਨਹੀਂ ਹਨ ਜਾਬਦੇ ਤੁਹਾਨੂੰ ਕੀ ਲੱਗਦਾ ਕਿ ਆਪਣੀ ਸਪੋਰਟ ਉਹ ਜਾਣ ਬੁੱਝ ਕੇ ਨਹੀਂ ਕਰ ਰਹੇ ਜਾਂ ਕਿ ਉਹਨਾਂ ਨੂੰ ਮਜਬੂਰੀ ਕੋਈ ਉਹਨਾਂ ਦੀ ਨਹੀਂ ਜਾਣ ਬੁੱਝ ਕੇ ਨਹੀਂ ਕਰ ਰਹੇ ਠੀਕ ਹੈ ਕਿਉਂਕਿ ਇਹ ਨਾਲਾ ਜਿਹੜਾ ਇਹ ਸਾਰਾ ਪਾਣੀ ਦਾ ਭਰਿਆ ਹੋਇਆ ਹੈ ਪਾਣੀ ਦਾ ਨਿਕਾਸ ਕੋਈ ਨਹੀਂ ਇਹ ਪਿੰਡ ਦਾ ਹਾਂਜੀ ਔਰ ਉਹਨਾਂ ਨੂੰ ਵੀ ਪਤਾ ਵੀ ਇਹ 40 50 ਘਰਾਂ ਸਾਲ 100 ਘਰ ਦਾ ਪਾਣੀ ਜਿਹੜਾ ਨਹੀਂ ਨਿਕਲਿਆ ਹਾਂਜੀ ਹਾਂਜੀ ਪਰ ਉਹ ਨਹੀਂ ਇਹ ਕਰ ਰਿਹਾ ਜੀ ਜੀ ਅਸੀਂ ਇੱਕ ਗੱਲ ਮੈਂ ਹੋਰ ਮੈਨੂੰ ਇਹ ਵੀਰਜੀ ਉਹਨਾਂ ਦੀ ਗੱਲ ਤੋਂ ਚੇਤੇ ਆਈ ਹੈ ਵੀ ਜਦੋਂ ਅਸੀਂ ਸਰਪੰਚ ਸਾਹਿਬ ਨੂੰ ਅਸੀਂ ਜਾ ਕੇ ਬੇਨਤੀ ਕੀਤੀ ਵੀ ਸਰਪੰਚ ਸਾਹਿਬ ਸਾਡਾ ਜਿਹੜਾ ਵਾ ਉਹ ਪਾਣੀ ਕਢਾਇਆ ਜਾਵੇ ਤੇ ਉਹਨਾਂ ਨੇ ਸਾਨੂੰ ਕਿਹਾ ਤੁਸੀਂ ਆਪਣੇ ਨਾ ਪੱਤੀ ਦੇ ਜਿਹੜੇ ਜਿਹੜੇ ਆ ਨਾ ਮੋਦਬਰ ਬੰਦੇ ਉਹਨਾਂ ਨੂੰ ਲਿਆਓ ਉਹ ਨਾਲਾ ਨਹੀਂ ਬਣਨ ਦੇਣ ਦੇ ਤੁਹਾਡੀ ਜਿਹੜੀ ਪੱਤੀ ਆ ਨਾ ਤੁਹਾਡੀ ਪੱਤੀ ਜਿਹੜੀ ਉਹ ਨਾਲਾ ਨਹੀਂ ਬਣਨ ਦੇਣ ਦੇ ਸੋ ਹੁਣ ਸਾਨੂੰ ਨਹੀਂ ਪਤਾ ਕਿ ਉਹ ਨਾਲਾ ਜਿਹੜਾ ਵਾ ਗੰਦਾ ਨਾਲਾ ਲੰਘਦਾ ਵਾ ਉਹ ਨਾ ਬਣਨ ਦਾ ਕੀ ਕਾਰਨ ਆ ਪਰ ਅਸੀਂ ਤਾਂ ਇਹ ਚਾਹੁੰਦੇ ਆ ਵੀ ਨਾਲਾ ਵੀ ਬਣਨਾ ਚਾਹੀਦਾ ਵਾ ਜੇ ਕਿਸੇ ਦੇ ਘਰ ਦੇ ਵਿੱਚ ਪਾਣੀ ਜਾਂਦਾ ਉਹ ਵੀ ਨਹੀਂ ਜਾਣਾ ਚਾਹੀਦਾ ਤੇ ਜੇ ਸਾਡੇ ਘਰਾਂ ਦੇ ਵਿੱਚ ਪਾਣੀ ਆਉਂਦਾ ਆ ਉਹ ਵੀ ਨਾਂ ਜਿਹੜਾ ਆ ਉਹ ਜਾਵੇ ਸੋ ਮੇਰੇ ਬਹੁਤ ਹੀ ਸਤਿਕਾਰਯੋਗ ਭਾਬੀ ਜੀ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾਂਦੇ ਆ ਤੇ ਪਾਣੀ ਇੱਥੇ ਖੜਿਆ ਹੁੰਦਾ ਵਾ ਥੋੜਾ ਜਿਹਾ ਇਹ ਵੀ ਗੱਲਬਾਤ ਦੱਸਣਗੇ ਵੀ ਇਹਨਾਂ ਨੂੰ ਕੀ ਮੁਸ਼ਕਲ ਆਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅੰਮ੍ਰਿਤ ਵੇਲੇ ਜੀ ਰੋਟ ਕੇ ਜਾਈਦਾ ਕਹਿੰਦੇ ਮੀ ਆ ਜਾਂਦਾ ਬਹੁਤ ਹੀ ਪਾਣੀ ਆ ਰਿਹਾ ਸਾਡੇ ਬੂਏ ਅੱਗੇ ਤੇ ਸਾਡੇ ਕੋਈ ਜਾ ਨਹੀਂ ਜਾਂਦਾ ਪੈਰ ਸਾਡੇ ਖਰਾਬ ਹੋ ਜਾਂਦੇ ਅਮਰਤਵਲੇ ਵੀ ਟੁੱਟ ਜਾਂਦਾ ਹੁਣ ਫਿਰ ਅਸੀਂ ਲੇਟ ਜਾਣ ਲਿਆ ਪਏ ਆ ਕੋਈ ਮਜਬੂਰੀ ਵੀ ਦੱਸੋ ਦੱਸ ਸਾਡੇ ਵੀ ਇਹ ਆ ਕਿ ਸਾਡੇ ਕੋ ਅਮਰਤਵਲੇ ਕਿਉਂ ਨਹੀਂ ਦਰਸ਼ਨ ਹੁੰਦੇ ਮਾੜੀ ਦੇ ਸਿਰਫ ਪਾਣੀ ਦੇ ਨਿਕਾਸ ਕਰਕੇ ਪਾਣੀ ਨਿਕਾਸ ਨਹੀਂ ਸਹੀ ਅੱਗੇ ਅੰਮ੍ਰਿਤਵਾਲੇ ਹੀ 4 ਵਜੇ ਵੀ ਜਾਂਦੇ ਹਾਂ ਹੁਣ ਸਾਟ ਟਾਈਮ ਮਾਰ ਆਏ ਨੇ ਕਿਦਾਂ ਬਦਲਤਾ 9 ਵਜੇ ਵੀ ਜਦ ਪਾਣੀ ਨਹੀਂ ਸਹੀ ਤੇ ਅਸੀਂ ਨੰਗਣਾ ਕਿਦਰੋਂ ਦੀ ਜੀ ਜੀ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਕੀੜੇ ਪਤੰਗੇ ਵੀ ਹੈਗੇ ਆ ਜਦ ਪਾਣੀ ਚ ਨੰਗੀ ਕੇ ਫੇਰ ਮੁਸ਼ਕਲ ਨੂੰ ਜਿਹੜਾ ਆਤ ਨੂੰ ਜੇ ਡਿਊਟੀ ਤੇ ਆਉਂਦੇ ਆ ਪਾਣੀ ਖਲੋਤਾ ਹੁੰਦਾ ਸਕੂਟੀ ਪਾਣੀ ਦੇ ਵਿੱਚੋਂ ਨਹੀਂ ਲੰਘਾਉਨੇ ਆ ਜਾਂ ਬਾਕੀਆਂ ਘਣਾ ਜਲਾਉਨੇ ਆ ਸਾਡਾ ਵੀ ਪਾਣੀ ਦਾ ਨਿਕਾਸ ਕੱਢਣ ਕਿਸ ਤਰ੍ਹਾਂ ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਦੇ ਘਰ ਪਾਣੀ ਜਾਣਾ ਚਾਹੀਦਾ ਵਾ ਪਾਣੀ ਨਾਲ ਹੀ ਰਹਿਣਾ ਚਾਹੀਦਾ ਵਾ ਇਹ ਵੀ ਉਹਨਾਂ ਦੇ ਵੀ ਛੋਟੇ ਛੋਟੇ ਬੱਚੇ ਆ ਇਹਨੇ ਵੀ ਸਾਡੇ ਬੱਚੇ ਆ ਤੇ ਉਹਨਾਂ ਦੇ ਬੱਚੇ ਨਹੀਂ ਸਾਡੇ ਵੀ ਬੱਚੇ ਇਹ ਉਹ ਸਾਡੇ ਹੀ ਆਪਣੇ ਘਰ ਦੇ ਇਹ ਵੀ ਬੇਨਤੀ ਸਰਪੰਚ ਸਾਹਿਬ ਨੂੰ ਸਾਡਾ ਪਾਣੀ ਕਿਹੇ ਪਾਸੇ ਨਿਕਾਸ ਕੱਢੇ ਜੀ ਸੋ ਅਸੀਂ ਇੱਕ ਵਾਰੀ ਫੇਰ ਬੇਨਤੀ ਕਰਦੇ ਆਂ ਵੀ ਅਸੀਂ ਥੱਕ ਹਾਰ ਕੇ ਲਗਭਗ ਇੱਕ ਮਹੀਨਾ ਹੋ ਚੱਲਿਆ ਵਾ ਇੱਕ ਮਹੀਨੇ ਦੀ ਉਡੀਕ ਤੋਂ ਬਾਅਦ ਅੱਜ ਮਜਬੂਰਨ ਤੌਰ ਤੇ ਇਹ ਵੀਡੀਓ ਬਣਾਈ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀਆਂ ਵਾਂ ਸੁਣਵਾਈਆਂ ਸਾਢੇ 4 ਸਾਲ ਲਗਭਗ ਹੋ ਚਲੇ ਕਾਂਗਰਸ ਸਰਕਾਰ ਨੂੰ ਬਣਿਆ ਨੂੰ ਅੱਜ ਤੱਕ ਜਿਹੜੀ ਆ ਇਹ ਗਲੀ ਜਿਹੜੀ ਆ ਨਹੀਂ ਬਣ ਸਕੀ ਤੇ ਸਰਪੰਚ ਸਾਹਿਬ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਆਪਣੇ ਇਲਾਕੇ ਦੇ ਮੋਹਤਵਾਰਾਂ ਨੂੰ ਇਕੱਠੇ ਕਰੋ ਨਾਲ ਲੱਗਦਾ ਨਾਲਾ ਵੀ ਬਣ ਜੇ ਸਰਪੰਚ ਸਾਹਿਬ ਨਾਲਾ ਬਣਨਾ ਚਾਹੀਦਾ ਆ ਅਸੀਂ ਕੋਈ ਨਾਲੇ ਦੇ ਵਿਰੋਧੀ ਨਹੀਂ ਹਾਂਗੇ ਪਰ ਜੋ ਨਾਲਾ ਨਹੀਂ ਬਣਦਾ ਤੇ ਉਹਦੇ ਹੋਰ ਕੁਝ ਕਾਰਨ ਹੋ ਸਕਦੇ ਆ ਪਰ ਸਾਨੂੰ ਹੀ ਹੱਥ ਜੋੜ ਕੇ ਇਹੀ ਬੇਨਤੀ ਆ ਹਾਂ ਸਾਡੀ ਵੀਰ ਜੀ ਨਹੀਂ ਕਹਿ ਰਹੇ ਕਿ ਅਸੀਂ ਮੋਤਬਾਰ ਕੁਝ ਕਹਿਣਾ ਚਾਹੁੰਦੇ ਅਸੀਂ ਤੇ ਜਿਹੜਾ ਮੋਤਬਾਰ ਆ ਅਸੀਂ ਸੇ ਮੌਜੂਦਾ ਪੰਚਾਇਤ ਮੈਂਬਰ ਪੰਚਾਇਤ ਨੂੰ ਸਮਝਦੇ ਆ ਜੀ ਜੀ ਸਰਪੰਚ ਨੂੰ ਸਮਝਦੇ ਆ ਮੈਂਬਰਾਂ ਨੂੰ ਸਮਝਦੇ ਆ ਸਾਡੇ ਸਤਿਕਾਰਯੋਗ ਸਤਿਕਾਰਯੋਗ ਆ ਅਸੀਂ ਤਾਂ ਉਹਨਾਂ ਨੇ ਗਾੜੀ ਬੇਨਤੀ ਕੀਤੀ ਆ ਤੇ ਉਹਨਾਂ ਗਾੜੀ ਕਰਾਂਗੇ ਜੀ ਹੁਣ ਵੀ ਅਸੀਂ ਸਰਪੰਚ ਸਾਹਿਬ ਨੂੰ ਵੀ ਆਪਣਾ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਆ ਜੇ ਹੋਰ ਵੀ ਕੋਈ ਉੱਚ ਅਧਿਕਾਰੀ ਕੋਈ ਐਮਐਲਏ ਜੀ ਬਾਣ ਸਾਡੀ ਗੱਲ ਨੂੰ ਸੁਣ ਰਿਹਾ ਤੇ ਉਹਨਾਂ ਨੂੰ ਵੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਖੁਦ ਆ ਕੇ ਇੱਥੇ ਵੇਖ ਸਕਦੇ ਆਂ ਅਸੀਂ ਕੋਈ ਕਿਸੇ ਤਰ੍ਹਾਂ ਦੀ ਹੁਲੜਬਾਜੀ ਨਹੀਂ ਕੀਤੀ ਸਾਡੇ ਛੋਟੇ ਛੋਟੇ ਬੱਚੇ ਔਰ ਸਾਡੇ ਪਰਿਵਾਰਕ ਮੈਂਬਰਾਂ ਨੇ ਜਦੋਂ ਗੁਰਦੁਆਰਾ ਸਾਹਿਬ ਜਾਣਾ ਆ ਜਾਂ ਲੰਘ ਕੇ ਇੱਧਰ ਦੀ ਜਾਣਾ ਤੁਸੀਂ ਮੈਨੂੰ ਦੱਸੋ ਵੀ ਆਹ ਜਿਹੜਾ ਰਸਤਾ ਆ ਇੱਥੇ ਲੰਘ ਸਕਦਾ ਕੋਈ ਜੀ ਔਰ ਤੁਸੀਂ ਸਾਹਮਣੇ ਦੇਖ ਸਕਦੇ ਆਂ ਗੰਦਾ ਪਾਣੀ ਜਿਹੜਾ ਪਿਛੋਂ ਜਿਹੜੀਆਂ ਟਾਇਲਟ ਜਿਹੜੀਆਂ ਘਰਾਂ ਦੇ ਵਿੱਚ ਬਣੀਆਂ ਉਹਨਾਂ ਦਾ ਪਾਣੀ ਤੇ ਉਹ ਸਾਡੇ ਵੀਰਾਂ ਦਾ ਸਾਡੇ ਭਰਾਵਾਂ ਦਾ ਇਹ ਦੋਸ਼ ਆ ਵੀ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਜਦੋਂ ਹੁਣ ਜਾਣ ਲੱਗਾ ਵਾ ਤੇ ਇਹਨਾਂ ਫੇਰ ਰੌਲਾ ਪਾਉਣਾ ਸ਼ੁਰੂ ਕੀਤਾ ਅਸੀਂ ਨਹੀਂ ਚਾਹੁੰਦੇ ਇਹਨਾਂ ਦੇ ਘਰ ਪਾਣੀ ਜਾਵੇ ਇਹ ਕਿਸੇ ਤਰੀਕੇ ਨਾਲ ਸਾਨੂੰ ਦੱਸਣਾ ਅਸੀਂ ਨਾਲ ਇਹਨਾਂ ਦੇ ਖੜੇ ਆ ਆਪਾਂ ਰਲ ਮਿਲ ਕੇ ਇਹਨਾਂ ਦੇ ਘਰ ਨੂੰ ਉੱਚਾ ਕਰ ਸਕਦੇ ਆ ਸੋ ਸਰਪੰਚ ਸਾਹਿਬ ਨੂੰ ਫੇਰ ਬੇਨਤੀ ਆ ਕਿ ਸਰਪੰਚ ਸਾਹਿਬ ਤੁਸੀਂ ਆ ਵੇਖੋ ਹਾਲ ਆ ਖੁਦ ਵੇਖੋ ਹਾਲ ਤੇ ਸਾਡਾ ਕੋਈ ਨਾ ਕੋਈ ਮਸਲਾ ਹੱਲ ਕਰਕੇ ਜਾਓ ਅੱਜ ਅਸੀਂ ਮਜਬੂਰ ਹੋਏ ਪਏ ਆ ਆਪਣਾ ਜਲੂਸ ਆਪ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ